500 ਤੇ 1000 ਰੁਪਏ ਦੇ ਨੋਟ ਬਦਲਣ ਦੇ ਲਈ ਬੈਂਕਾਂ ਦੇ ਬਾਹਰ ਪਿਛਲੇ 2 ਦਿਨਾਂ ਤੋਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਕਈ ਲੋਕ ਤਾਂ ਸਿਰਫ 2000 ਦਾ ਨੋਟ ਲੈਣ ਖਾਤਰ ਹੀ ਲਾਈਨਾਂ ਵਿੱਚ ਲੱਗ ਕੇ ਕਰੀਬ ਅੱਧਾ ਦਿਨ ਖੜੇ ਰਹਿੰਦੇ ਹਨ। ਕਈ ਬੈਂਕਾਂ ਪਾਸ ਅਜੇ ਤੱਕ ਨਵੇਂ 2000 ਰੁਪਏ ਦੇ ਨੋਟ ਨਹੀਂ ਆਏ ਅਤੇ ਕਈ ਬੈਂਕਾਂ ਦੇ ਮੈਨੇਜਰਾਂ ਦਾ ਕਹਿਣਾ ਹੈ ਕਿ 2000 ਰੁਪਏ ਦੇ ਨਵੇਂ ਨੋਟ ਤਾਂ ਆ ਗਏ ਹਨ ਪਰ ਅਜੇ ਤੱਕ ਅਸੀਂ ਖੋਲ੍ਹੇ ਨਹੀਂ। ਇਸ ਲਈ ਨੋਟ ਬਦਲਾਉਣ ਵਾਲਿਆਂ ਨੂੰ ਪੁਰਾਣੇ 100-100 ਰੁਪਏ ਦੇ ਨੋਟ ਦੇ ਕੇ ਹੀ ਤੋੜ ਦਿੱਤਾ ਜਾਂਦਾ ਹੈ। ਭਾਵੇਂ ਤਪਾ ਮੰਡੀ ਦੀ ਸਟੇਟ ਬੈਂਕ ਆਫ ਪਟਿਆਲਾ, OBC ਬੈਂਕ, PNB ਬੈਂਕ, ਕੇਨਰਾ ਬੈਂਕ, HDFC, ਸਟੇਟ ਬੈਂਕ ਆਫ ਇੰਡੀਆ, ਢਿਲਮਾ ਦੀ PNB ਬੈਂਕ ਜਿਸ ਦਾ ਬੈਂਕ ਵਿੱਚ ਖਾਤਾ ਹੀ ਨਹੀਂ, ਉਸ ਤੋਂ ਆਧਾਰ ਕਾਰਡ ਜਾਂ ਕੋਈ ਹੋਰ ਪਰੂਫ ਲੈ ਕੇ 4000 ਰੁਪਏ ਤੱਕ ਦੇ ਨੋਟ ਦਿੱਤੇ ਜਾ ਰਹੇ ਹਨ। ਤਪਾ ਮੰਡੀ ਵਿਖੇ ਚੱਲ ਰਹੀ ਸਿੰਧ ਬੈਂਕ ਦੇ ਮੈਨੇਜਰ ਵੱਲੋਂ ਨੋਟ ਬਦਲਾਉਣ ਵਾਲਿਆਂ ਨੂੰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਮੇਰੇ ਬੈਂਕ ਵਿੱਚ ਆਪ ਦਾ ਖਾਤਾ ਨਹੀਂ। ਮੈਕਸੀਮਮ ਕੋਸ਼ਿਸ਼ ਕਰਾਂਗੇ ਜਿੱਦਾਂ ਵੀ ਐਕਸਚੇਂਜ ਕਰਾਉਣ ਆਉਂਦੇ ਆ ਜਾਂ ਜੋ ਵੀ ਕਿਸੇ ਦਾ ਵੀ ਡਿਪੋਜ਼ਿਟ ਦਾ ਕੰਮ ਹੈ, ਮੈਕਸੀਮਮ ਹਰੇਕ ਕਸਟਮਰ ਨੂੰ ਕੋਸ਼ਿਸ਼ ਕਰਾਂਗੇ। ਹਾਂਜੀ ਸਰ, ਕਾਊਂਟਰ ਕਿੰਨੇ ਬਣਾਏ ਹੋਏ? ਅਸੀਂ 3 ਕਾਊਂਟਰ ਕੈਸ਼ ਉਹਦੇ ਚੱਲ ਰਹੇ ਜੀ, ਮੇਰੇ ਕੋਲ 3 ਕਾਊਂਟਰ ਐਕਸਚੇਂਜ ਦੇ ਚੱਲ ਰਹੇ ਅਤੇ 2 ਕਾਊਂਟਰ ਰਿਸੀਟ ਡਿਪੋਜ਼ਿਟ ਦੇ ਚੱਲ ਰਹੇ। ਸਾਰੇ ਮੈਂ ਇਸੇ ਕੰਮ 'ਤੇ ਲਾ ਰੱਖਿਆ, ਬਾਕੀ ਪਿੱਛੇ ਜਿਹੜੇ ਪਾਸ ਕਰਨ ਵਾਸਤੇ ਹੈਗੇ ਉਹ ਤੋਂ ਬੈਠੇ ਸਰ, ਬਾਕੀ ਸਾਰਾ ਜਿੰਨਾ ਵੀ ਸਟਾਫ ਹੈ ਬਾਕੀ ਬੈਂਕ ਦਾ ਕੰਮ ਛੱਡ ਕੇ ਸਿਰਫ ਅਸੀਂ ਇਸੇ ਕੰਮ 'ਤੇ ਜਾਂਦਾ ਰਹੇ, ਅਸੀਂ ਪ੍ਰਿਓਰਟੀ ਦੇ ਰੱਖੀ ਜੀ। कैमरामैन हरजोत ढिलमा के नाल नरेश गर्ग, सुरेंद्र बबली, आजाद TV न्यूज़।